ਜਦੋਂ ਮੈਂ ਆਪਣੀਆਂ ਵੇਖਾਂ ਖਤਾਵਾ ਯਾ ਰਸੂਲ ਹੋ ਜਦੋਂ ਮੈਂ ਆਪਣੀਆਂ ਵੇਖਾਂ ਖਤਾਵਾ ਯਾ ਰਸੂਲ ਸੂਰ ਸ਼ਰਮ ਆਪਣੇ ਮੈਂ ਪਰਛਾਵੇ ਤੋ ਖਾਵਾ ਯਾਰ ਸੂਰ। ਮਦਨੀ ਭਾਈ ਹਮ ਮਦਨੀ ਸਰਕਾਰ ਕੀ ਬਾਤੇਂ ਕਰੇ ਨਾਰਾਜ਼ ਨਹੀਂ ਹੋਣਾ, ਅਲਫਾਜ਼ ਜੋ ਹੈ ਵੋ ਪੂਰਾ ਪਹੁੰਚਣਾ ਚਾਹੀਏ। ਅੱਲਾਹ ਆਪਕੋ ਸਲਾਮਤ ਰੱਖੇ, ਆਪ ਵੀ ਮਦੀਨੇ ਪਹੁੰਚੇ, ਸਭ ਕੁਛ ਸੁਣਿਆ ਹੋਇਆ ਤੁਹਾਡਾ, ਐਵੇਂ ਮੁਹੱਬਤ ਨਾਲ ਤੁਹਾਡੇ ਵੱਲ ਮੂੰਹ ਕੀਤਾ ਹੈ ਕਿ ਬੜਾ ਏ ਚਾ ਮਦੀਨੇ ਦਾ ਤੇ ਦਿਲ ਵਿੱਚ ਖੌਫ ਤਾਰੀ ਏ। ਭਲਾ ਸਿਆਣਾ ਕੋਈ ਪੁੱਛੇ ਕਿ ਜੱਲਿਆ ਤੂੰ ਮਦੀਨੇ ਜਾਣ ਦਾ ਖੌਫ ਤੈਨੂੰ ਕੀ ਹੋਇਆ, ਉੱਥੇ ਜਾਣਾ ਤੇ ਸਾਰੇ ਖੌਫ ਲੈ ਜਾਂਦੇ। ਉਹ ਮੈਂ ਉਹ ਸ਼ਾਇਰ ਨੇ ਇਸ ਵਾਸਤੇ ਮੈਂ ਜ਼ਰਾ ਮਜ਼ਾ ਲੈ ਰਿਹਾ ਆਪਣਾ, ਮੈਂ ਦੱਸਣਾ ਚਾਹੁੰਦਾ ਕਿ ਮੇਰੇ 'ਚ ਖੌਫ ਕੀ ਹੈ ਕਿ ਬੜਾ ਏ ਚਾ ਮਦੀਨੇ ਦਿਲ ਵਿੱਚ ਖੌਫ ਤਾਰੀ ਮੈਂ ਮੂੰਹ ਕਿਹੜਾ ਮਦੀਨੇ ਲੈ ਕੇ ਆਵਾ ਯਾਰ ਸੂਲ ਹੋ ਮੈਂ ਮੂੰਹ ਕਿਹੜਾ ਮਦੀਨੇ ਯਾਰ ਸੋਲ। ਦੂਸਰੀ ਵੀ ਇਹਨਾਂ ਦੇ ਹੁਕਮ ਮੰਨਣਾ, ਇੱਕ ਸ਼ੇਰ ਹੋਰ ਕਿ ਅੱਲਾ ਕਰੇ ਮੇਰਾ ਸਬਬ ਬਣ ਜਾਏ ਮਦੀਨੇ ਜਾਣ ਦਾ, ਮੈਂ ਫਿਰ ਵੀ ਘਬਰਾਇਆ ਹੋਇਆ। ਦਰ ਸਾਹਮਣੇ ਤਸਵਰ, ਸਮਾਨ ਪੈਕ ਕਰ ਰਿਹਾ, ਕੱਪੜੇ ਯੇ ਵੋ ਸਾਰਾ ਅਹਿਰਾਮ ਯੇ ਵੋ, ਫਿਰ ਵੀ ਘਬਰਾਇਆ ਹੋਇਆ। ਕਿਉਂ? ਚੇਤਾ ਆ ਗਿਆ ਕਿ ਗਰੀਬੀ ਯੇ ਸੇਵਾ ਖੰਜੂਆ ਤੋ ਪੱਲੇ ਹੋਰ ਕੁਝ ਵੀ ਨਹੀਂ। ਗਰੀਬੀ ਸਵਾਲ ਖੰਜੂਆ ਤੋ ਪੱਲੇ ਹੋਰ ਕੁਝ ਵੀ ਨਹੀਂ, ਮੈਂ ਜਿਆਵਾਂ ਤੇ ਤੁਸਾਂ ਲਈ ਕੀ ਲਿਆਵਾਂ ਯਾਰ ਸੂਲ ਇਤਬਾਰ ਨਹੀਂ ਕਰਨਾ ਇਹਨਾਂ ਕੋਲ ਗੱਡੀਆਂ ਨੇ, ਇਹਨਾਂ ਕੋਲ ਜ਼ਮੀਨਾਂ ਨੇ। ਮੈਂ ਤੁਹਾਨੂੰ ਹੋਰ ਸ਼ੇਰ ਸੁਣਾਉਣਾ ਕਿ ਤੁਸਾਂ ਕੀਤੀ ਏ ਕੁੰਬਾ ਪਰਵਰੀ ਮੈਂ ਜੈ ਨਿਕੰਮੇ ਦੀ ਆਹੋ ਮੈਂ ਰੁੱਲ ਜਾਂਦਾ ਜਿਨਾ ਕਰ ਦੂੰ ਅਤਾਵਾਂ ਯਾਰ ਸੂਲ। ਜਨਾਬੇ ਜ਼ਹਰਾ ਦਾ ਸਦਕਾ ਨਾ ਮੇਰੇ ਐਬਾਂ ਨੂੰ ਵੇਖੋ ਰਵਾਂ ਮੈਂ ਮੰਗਦਾ ਹਰ ਦਮ ਦੁਆਵਾਂ ਯਾਰ ਸੂਲ ਲਾ ਰਵਾਂ ਮੰਗਦਾ ਹਰ ਦਮ ਦੁਆਵਾ ਯਾ ਰਸੂਲ ਅੱਲਾ। ਕਿਉਂਕਿ ਇੱਕ ਸੈਯਦ ਜ਼ਾਦੇ ਦਾ ਹੁਕਮ ਹੈ, ਉਹਦਾ ਵੀ ਇੱਕ ਸ਼ੇਰ ਸੁਣ ਲਾ ਕਿ ਮੇਰੀ ਉਮਰ ਮਦੀਨੇ ਦੇ ਟਿੱਬਿਆਂ ਦੀ ਤਸਵੀਰ ਬਣਾਉਂਦਿਆਂ ਗੁਜ਼ਰ ਗਈ ਸਰਕਾਰ ਨੂੰ ਚੇਤੇ ਕਰ ਕਰਕੇ ਬਸ ਨੀਰ ਬਹੁਤ
گزر گئی میری عمر مدینے دے تبیا دی وعدہ کیتا ہے کہ بس ایک شعر آخری شعر سردار فرش تے قبر دے وچ جے پوچھیا کیویں او کیویں گزر گئی تے میں آکھاں گا بس دنیا دے او دا یار منو دیا گزر گئی میری عمر مدینے دے تے بیان دی آخر میں الطاف بھائی کے حکم پہ ایک شعر سنیے اور اس کے بعد اجازت ٹائم ہو گیا دو شعر سنو ایک دفعہ درش پڑھ دو یا رسول اللہ یا حبیب اللہ یا نبی اللہ یا رسول اللہ اے سبا تیرا مدینہ کی طرف ہو جو گزر دلیل حکم دیوانے سے کہنا کہ بس ایک نظر ایک نظر ایک نظر ہو جائے کروں گی 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 ایک نظر اب رات گزرنے والی ہے 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 ہو جائے کروں کی ایک نظر اب رات گزرنے والی ہے اب رات گزرنے والی ہے اس بات کو آپ بھی سمجھیں گے آپ کی سماعت بہت اچھی ہے حاکم بھائی اس کلام کی فیلنگ نہیں اس ٹیون کی ایک فیلنگ ہے وہ اس کو نوٹ کریں گے آپ یہ ٹیون کی فیلنگ کلام کی فیلنگ نہیں ہو جائے کروں کی ایک نظر تو حسنین دانانا میں بدنام زمانہ تو حسنین دانانا میں بدنام زمانہ تین واسطہ حسن حسین میں ہو جائے کروں کی ایک نظر ہو جائے کروں کی ایک سنیے بھائی یا رسول اللہ یا حبیب اللہ یا رسول اللہ یا حبیب اللہ بولو سارے یا رسول اللہ یا حبیب اللہ یا رسول اللہ یا حبیب اللہ ہو جائے کروں کی ایک نظر اب رات گزرنے والی ہے اب رات گزرنے والی ہے رضوی صاحب میں نے بندے مجبور کر رہے ہیں تو انہوں پتا پھر نہیں تو میں تو بڑا شریف آدمی اس معاملے سے تو انہوں پتا ہے نا کوئی جایا کے کوئی جایا کے کملی والے نے حالو سونے اسی بے حال ہو گئے کوئی جایا کے کملی والے نو
ਹਾਲੋ ਸੋਹਣਿਆ ਅਸੀਂ ਬੇਹਾਲ ਹੋਏ ਕਦੋਂ ਖੈਰ ਦੀਦਾਰ ਦਾ ਪਾਵਣਾ ਅੱਖਾਂ ਰੋਂਦੀਆਂ ਨੂੰ ਕਈ ਸਾਲ ਹੋ ਗਏ ਅੱਗੇ ਗੈਰ ਮੈਨੂੰ ਤਨ ਮਾਰਦੇ ਸੀ ਹੁਣ ਆਪਣੇ ਗੈਰਾਂ ਦੇ ਨਾਲ ਹੁਣ ਕਲਮ ਸਰਦਾਰ ਤੇ ਚਾਹੀਦਾ ਹੈ ਹੁਣ ਕਲਮ ਸਰਦਾਰ ਤੇ ਚਾਹੀਦਾ ਹੈ ਤਨੋ ਦਿਆਂ ਦੇ ਚਿੱਟੇ ਵਾਲ ਗੁੰਗੇ ਹੋ ਜਾਏ ਕਲਮ ਕੀ ਏਕ ਨਜ਼ਰ ਅਬਲਾ ਤੁਜਰਨੇ ਮਾਨੀ ਹੈ ਅਬਲਾ ਤੁਜਰਨੇ ਵਾਲੀ ਹੈ ਯਾ ਰਸੂਲ ਅੱਲਾ ਯਾ ਹਬੀਬ ਅੱਲਾ ਯਾ ਰਸੂਲ ਅੱਲਾ ਯਾ ਹਬੀਬ ਅੱਲਾ ਹੁਦਾਇ ਕਰਮ ਕੀ ਏਕ ਨਜ਼ਰ ਅਬਰਾ ਤੁਜ਼ਰ ਨੇ ਮਾਨੀ ਹੈ ਅਬਰਾ ਤੁਜ਼ਰ ਨੇ ਵਾਲੀ اس میں پھر سے ہو جائے گزر اس میں پھر سے ہائے ادھی تضمین کرنے دل کردا وقت بہت ہو گیا اس میں پھر سے ہو جائے گزر منیا نظر منظور اسی نہیں تیرے ਤੂੰ ਨਾ ਮਨਜ਼ੂਰਾਂ ਨੂੰ ਕਰ ਮਨਜ਼ੂਰ ਸਕਦਾ ਤਾਜ਼ੀ ਰਾਤ ਜਹਾਂ ਦੀ ਹੱਥ ਤੇਰੇ ਚਾਵੇਂ ਜਦੋਂ ਵੀ ਬਦਲ ਮਨਸ਼ੂਰ ਸਕਦਾ ਚੁੱਕੇ ਨਦਰ ਇੱਕ ਤੈਬਾ ਦੇ ਤਖਤ ਉੱਤੋਂ ਸਾਡੀਆਂ ਮੁਸ਼ਕਲਾਂ ਨੂੰ ਕਦ ਦੂਰ ਸਕਦਾ ਅਸੀਂ ਸਰਦਾਰ ਮੁਜਰਮ ਕਿਸੇ ਗੈਰ ਦੇ ਨਹੀਂ ਆਪਣੇ ਸਮਝ ਕੇ ਬਖਸ਼ ਕਸੂਰ ਸਕਦਾ ਇਸ ਮਹਿਫਿਲ ਸੇ ਹੋ ਜਾਏ ਗੁਜ਼ਰ ਅਬਰਾ ਗੁਜ਼ਰ ਨੇ ਵਾਲੀ ਹੈ ਅਬਰਾ ਗੁਜ਼ਰ ਨੇ ਵਾਲੀ ਮੁਰਝਾਈ ਮੁਰਝਾਈ ਕਲੀ ਕਲੀ ਮੁਰਝਾਈ ਕਲੀ ਦਿਲ ਕੀ ਬਿਖਰੇ ਹਸਨੇ ਜਾਏ ਸਹਰ ਸੋਦੇ ਹੋਏ ਫੂਠ ਜਾਏ ਸਹਰ ਅਬਰਾ ਤੁਜ਼ਰ ਨੇ ਵਾਲੀ ਹੈ ਅਬਰਾ ਤੁਜ਼ਰ ਨੇ ਵਾਲੀ ਹੈ ਅਬਰਾ ਤੁਜ਼ਰ ਨੇ ਵਾਲੀ ਹੈ ਅਬਰਾ حضرات آپ دعا کریں حاضری میری جاری رہے جاری رہے جاری رہے گی اور اس ڈیوٹی کا اس کلام کا میں آخری شعر پڑھنے کے بعد آپ سے اجازت چاہتا ہوں ابھی تک میں نے نہیں کہا کہ آخری پڑھ رہا ہوں یہ میں آخری شعر پڑھ رہا ہوں اس کے بعد کوئی بھی کہے کچھ بھی کہے کوئی بھی ہو میں نے ایک لفظ بھی نہیں بولنا کیونکہ آخری کا مطلب آخری ہوتا ہے اور آخری ہونا بھی چاہیے سنیے یا رسول اللہ یا حبیب اللہ کہہ دو یا رسول اللہ یا حبیب اللہ
نبی یا رسول اللہ یا حبیب اللہ یا نبی اللہ یا رسول اللہ یا حبیب اللہ یا رسول اللہ یا رسول اللہ محفل کا رنگ نرالا ہے محفل کا محفل کا رنگ نرالا ہے اب باج میں کملی والا ہے اب باج میں کملی والا ہے والا ہے مرمر کے وہ کہتا ہے یہ کمل اب رات گزرنے والی ہے اب رات گزرنے والی ہے یا رسول اللہ یا حبیب اللہ یا رسول اللہ یا حبیب اللہ اچھا یہ ماحول ایسا بن گیا ہے اگر یا کی جگہ آپ اجازت دیں تو ایک لفظ کہہ دو میرا جی چاہتا ہے آسمان کی طرف دیکھ تیرے نام وچ کلی سپا کے بیٹھے ہاں تیرے دیکھنے نو یا رسول اللہ یا رسول کدوں آوے گا تو زلفاں ہٹا کے بیٹھے ہاں تیرے دیکھنے نو محفل کا رنگ نرالا محفل کا رنگ نرالا ہے اب موج میں کملی والا ہے اب موج میں کملی والا ہے والا ہے مڑ مڑ کے وہ کہتا ہے یہ کمل بہت اچھا ہے